ਏ ਟੂ ਜ਼ੈਡ ਹਰਿਆਣਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੇ ਸੋਨੂੰ ਦਲਾਲ ਕੇ ਰਾਮ ਰਾਮ। ਟਿੱਕਰੀ ਬੋਰਡਰ ਆਪਾਂ ਖੜਿਆ ਰਹਾ, ਆਪਣਾ ਪਤਾ ਹੈ ਕਿਸਾਨ ਜੋ ਅੰਦੋਲਨ ਹੈ ਪੂਰਾ ਜ਼ੋਰ ਪਰ ਸ਼ੋਰ ਪਰ ਹੈ, ਚਾਹੇ ਖਿਲਾੜੀਆਂ ਕੀ ਬਾਤ ਹੋਏ, ਚਾਹੇ ਕਲਾਕਾਰਾਂ ਕੀ ਬਾਤ ਹੋ, ਚਾਹੇ ਆਮ ਇਨਸਾਨ ਕੀ ਬਾਤ ਹੋ, ਸਾਰੇ ਉਰੇ ਪਹੁੰਚਣ ਲੱਗ ਰਹੇ ਹਰ। ਦੂਸਰੀ ਚੀਜ਼ ਬਾਈ ਰਾਜਨੀਤਿਕ ਜੋ ਚੀਜ਼ ਹੈ ਬਾਈ ਕਿਸਾਨ ਅੰਦੋਲਨ ਮੈਂ ਇੱਕ ਸਾਈਡ ਰੱਖੀ ਗਈ ਹੈ। ਸੋਮਵੀਰ ਸਾਂਗਵਾਨ ਜੋ ਦਾਦਰੀ ਤੇ ਨਿਰਦਲੀ ਵਿਧਾਇਕ ਉਹ ਪਹੁੰਚੇ ਹੈ, ਪੁੱਛਾਂਗੇ ਉਨ੍ਹਾਂ ਤੇ ਵੀ ਕੁਛ ਸਵਾਲ ਜੁੜੇ ਰਹੀ ਹੋ। ਤਾਂ ਬਾਈ ਸੋਮਵੀਰ ਸਾਂਗਵਾਨ ਨਿਰਦਲੀ ਜੋ ਵਿਧਾਇਕ ਦਾਦਰੀ ਤਾਂ ਆਪਣੇ ਸਾਥ ਹੈ। ਸਾਂਗਵਾਨ ਸਾਹਿਬ ਸਭ ਤੋਂ ਪਹਿਲੇ ਤਾਂ ਰਾਮ ਰਾਮ ਜੀ। ਰਾਮ ਰਾਮ, ਧੰਨਵਾਦ। ਠੀਕ ਹੋ? ਬੜਿਆ। ਦੋ ਸਵਾਲ ਹੈ ਜੀ। ਪਹਿਲਾ ਸਵਾਲ ਇਹੀ ਹੈ ਕਿ ਇੱਕ ਦਿਨ ਆਪਣੇ ਖੁਦ ਨੇ ਬੋਲਿਆ ਤਾਂ ਕਿ MSP ਕਾ ਆਪ ਸਮਰਥਨ ਕਰੋ, ਆਜ ਆਪ ਪੂਰੇ ਆਏ ਹੋ ਕਿਸਾਨਾਂ ਕਾ ਸਮਰਥਨ ਮੈਂ, ਤਾਂ ਪੂਰਾ ਮਾਮਲਾ ਕੀ ਜੀ? ਮੈਂ ਆਪਣੀ ਬਾਤ ਪਰ ਪਹਿਲੇ ਵੀ ਕਾਇਮ ਥਾ, ਮੈਂ ਆਪਣੀ ਬਾਤ ਪਰ ਆਜ ਵੀ ਕਾਇਮ। ਕਿਸ ਤਰ੍ਹਾਂ ਜੀ? ਮੈਨੇ ਕਹਾ ਥਾ ਕਿ ਜੋ ਸਰਕਾਰ ਕਹਤੀ ਹੈ ਕਿ ਫਾਇਦੇ ਕਾ ਸੌਦਾ ਕਿਸਾਨ ਕੇ ਲਿਏ, ਕਿਸਾਨ ਕਹਤਾ ਘਾਟੇ ਕਾ ਸੌਦਾ। ਮੈਨੇ ਵਿਧਾਨ ਸਭਾ ਮੈਂ ਕਹਾ ਥਾ ਜੋ ਕਿਸਾਨ ਕਾ ਕਨਫਿਊਜ਼ ਹੈ ਇਸਕੋ ਸਰਕਾਰ ਨੇ ਦੂਰ ਕਰਨਾ ਚਾਹੀਏ। ਅਗਰ ਇਹ ਵਾਸਤਵਿਕ ਕਿਸਾਨ ਕਾ ਭਲਾ ਹੈ ਤਾਂ ਕਿਸਾਨ ਔਰ ਸਰਕਾਰ ਕੇ ਬੀਚ ਮੇਂ ਜੋ ਸਿਸਟਮ ਰੁਕਾਵਟ ਹੈ ਕਿਆ ਕਾਰਨ ਹੈ ਉਸਕੋ ਦੂਰ ਕਰਨਾ ਚਾਹੀਏ, ਕਿਸਾਨ ਕੋ ਸੈਟਿਸਫਾਈ ਕਰੇਂ, ਯੇ ਮੈਨੇ ਕਹਾ ਥਾ ਆਜ ਵੀ। ਦੂਸਰੀ ਚੀਜ਼, ਆਜ ਆਪ ਬੋਲ ਵੀ ਰਹੇ ਥੇ, ਆਪ ਪੂਰਾ ਸਮਰਥਨ ਵੀ ਦੇ ਰਹੇ ਥੇ, ਆਪਨੇ ਇਹ ਵੀ ਬੋਲਿਆ ਕਿ ਬਾਈ ਮੈਂ ਲਾਸਟ ਤੱਕ ਪੂਰਾ ਰਹੂੰਗਾ ਜਬ ਤੱਕ ਕਿਸਾਨਾਂ ਮਸਲਾ ਸੋਲਵ ਨਹੀਂ ਹੁੰਦਾ। ਤੋ ਮਤਲਬ ਪੂਰੇ ਜੋ ਚਾਰ ਦੋ ਚਾਰ ਜੋ ਜਵਾਨ ਹੈ ਜੋ ਉਰੇ ਕੀ ਡਿਊਟੀ ਸੰਭਾਲ ਰਿਹਾ ਹਰਿਆਣਾ ਕੀ ਤਰਫ਼ ਤੇ, ਉਹਨਾਂ ਅੱਜ ਇਹ ਘੋਸ਼ਣਾ ਵੀ ਕਰ ਦੀ ਕਿ ਬਾਈ ਜਬ ਤੱਕ ਯੂ ਮਸਲਾ ਚੱਲੇਗਾ ਪੰਜਾਬ ਕੇ ਭਾਈ ਤਿੰਨ ਦੂਰ ਤਾਰ ਰਹੇ ਔਰ ਆਪਣੇ ਮਹਿਮਾਨ ਹਰ ਬੜੇ ਭਾਈ ਹੈ, ਜੋ ਵੀ ਖਰਚਾ ਪਾਣੀ ਲੱਗੇਗਾ ਟੋਟਲੀ ਹਮ ਹਰਿਆਣਾ ਕੀ ਤਰਫ਼ ਤੋਂ ਦੇਵਾਂਗੇ। ਤੋ ਖਾਪ ਕੀ ਤਰਫ਼ ਤੇ ਆਪ ਕੀ ਤਰਫ਼ ਕੁਛ ਇਸ ਤਰੀਕਾ ਸਹਿਯੋਗ ਦਿਆ ਜਾਊਗਾ? ਜੋ ਭਾਈ ਆਦੇਸ਼ ਕਰੇਗਾ ਵਹੀ ਹੋਗਾ, ਔਰ ਬਤਾ ਵਹੀ ਹੋਗਾ, ਜੋ ਕਹੇਗਾ ਵਹੀ ਹੋਗਾ, ਕਿਆ ਕਿਆ ਮਾਨੇ ਰੱਖਤਾ ਇਹ? ਭਾਈਓ ਕੇ ਸੇਵਾ ਕਰਨੇ ਮੌਕਾ ਮਿਲਤਾ ਕਹਾਂ ਹੈ? ਮੈਂ ਨਹੀਂ ਸਮਝਤਾ, ਇਸ ਬੜਾ ਕੋਈ ਧਰਮ ਨਹੀਂ ਹੈ। ਸੇਵਾ ਕਰਤੇ ਹੋਏ, ਜੀਵ ਮਾਤਰ ਕੀ ਸੇਵਾ ਕਰਤੇ ਹੋਏ, ਮੋਕਸ ਕੋ ਪ੍ਰਾਪਤ ਕਰੀਏ ਹਮਾਰਾ ਦੇਹ। ਇੱਕ ਲਾਸਟ ਚੀਜ਼ ਹੋਰ ਆਪ ਤੋਂ ਪੁੱਛੂਗਾ ਜੀ, ਆਪਨੇ ਇੱਕ ਬਾਤ ਬੋਲੀ ਹੈ, ਇੱਕ ਮਿੰਟ ਜੀ, ਆਪਨੇ ਇੱਕ ਬਾਤ ਬੋਲੀ ਹੈ ਕਿ ਬਈ ਆਪ ਪਹਿਲੇ ਵੀ ਪਕਸ ਮੈਂ ਥੇ, ਆਜ ਵੀ ਪਕਸ ਮੈਂ ਹੋ MSP ਵਾਲਾ ਮੈਂ, ਤੋ ਆਪਨੇ ਕੀ ਲਗਾਈ ਤਾਂ ਕਿਸਾਨਾਂ ਨੇ ਪੂਰਾ ਮਾਮਲਾ ਸਮਝ ਮੈਂ ਕੋ ਨਹੀਂ ਆਇਆ, ਕਿਸਾਨ ਬਿਲਕੁਲ ਨਾਰਾਜ਼ ਸਥਿਤ ਹੈ? ਐਸਾ ਹੈ, ਕਿਸਾਨ ਔਰ ਸਰਕਾਰ ਕੇ ਅੰਦਰ ਇਹ ਮਾਮਲਾ ਕਿਉਂ ਭੜਕਿਆ? ਅਗਰ ਕਿਸਾਨ ਕੋ ਸੈਟਿਸਫਾਈ ਕਰ ਦੇਤੇ, ਬਤਾ ਦੇਤੇ, ਸਮਝ ਮ ਆ ਜਾਤੀ, ਤਾਂ ਇਹ ਨੌਬਤ ਨਹੀਂ ਆਤੀ। ਜਲਦਬਾਜ਼ੀ ਮੇਂ ਲਿਆ ਗਿਆ ਫੈਸਲਾ, ਦਬਾਅ ਮੇਂ ਲਿਆ ਗਿਆ ਫੈਸਲਾ, ਉਸਕਾ ਪਰਿਣਾਮ ਹੈ ਜੋ ਕਿਸਾਨ ਅੱਜ ਰੋਡ ਪੇ ਘੁੰਮ ਰਹੇ। ਯਹੀ ਬਾਤ ਹੈ। ਚਲੋ ਜੀ, ਤਾਂ ਬਾਈ ਸੋਮਵੀਰ ਸਾਂਗਵਾਨ ਦਾ ਆਪਾਂ ਨੇ ਬਾਤ ਕਰ ਲਈ, ਨਿਰਦਲੀ ਜੋ ਵਿਧਾਇਕ ਹੈ ਦਾਦਰੀ ਤੇ, ਔਰ ਉਨਕਾ ਕਹਿਣਾ ਯੂ ਹੈ ਕਿ ਜੋ ਯੂ MSP ਵਾਲਾ ਜੋ ਕਰੋਨਾ ਟਾਈਮ ਮੇਂ ਫੈਸਲਾ ਸਰਕਾਰ ਦੁਆਰਾ ਲਿਆ ਗਿਆ ਥਾ, ਇਸਕਾ ਕਾਰਨ ਯੂ ਹੈ ਕਿ ਯੂ ਫੈਸਲਾ ਜਲਦਬਾਜ਼ੀ ਮੇਂ ਲਿਆ ਗਿਆ ਥਾ ਔਰ ਕਿਸੇ ਕਾ ਦਬਾਅ ਮੈਂ ਕੇ ਲਿਆ ਗਿਆ ਥਾ, ਇਸ ਕਾਰਨ ਕਿਸਾਨ ਅੱਜ ਰੋਡ ਪੇ ਹੈ। ਲੇਕਿਨ ਉਹ ਆਉਣ ਵਾਲਾ ਟੇਮ ਬਤਾਊਗਾ ਬਾਈ ਸਰਕਾਰ ਮੰਨੇਗੀ ਜਾਂ ਨਹੀਂ ਮੰਨੇਗੀ। ਕਿਸਾਨ ਹਾਲਾਂਕਿ ਆਹ ਚੀਜ਼ ਮੰਨਣ ਨੂੰ ਤਿਆਰ ਨਹੀਂ ਹੈ, ਕਿਸਾਨ ਇਸਨੇ ਬਿਲਕੁਲ ਇਹ ਜੋ ਬਿੱਲ ਹੈ ਇਸਨੇ ਰੱਦ ਕਰਵਾਉਣਾ ਚਾਹੁੰ ਹੈ। ਅੱਜ ਮੀਟਿੰਗ ਚੱਲ ਰਹੀ ਹੈ, ਉਸ ਮੈਂ ਕੀ ਫੈਸਲਾ ਲਿਆ ਜਾਊਗਾ ਜੋ ਨਹੀਂ ਅਪਡੇਟ ਆਊਗੀ, ਵਾਲੇ ਕਭੀ ਆਪਕਾ ਸ਼ਾਮੀ ਜ਼ਰੂਰ ਆਵਾਂਗੇ। ਤਬ ਤੱਕ ਜੁੜੇ ਰਹੀਓ ਔਰ ਵੀਡੀਓ ਨਾਲ ਸ਼ੇਅਰ ਕਰਦੇ ਰਹੋ। ਘਰਾਂ ਜੋ ਕਿਸਾਨ ਬੈਠੇ ਉਹਨਾਂ 'ਤੇ ਵੀ ਮੇਰੀ ਰਿਕੁਐਸਟ ਹੈ, ਜ਼ਿਆਦਾ ਤੋਂ ਜ਼ਿਆਦਾ ਸੰਖਿਆ ਮੈਂ ਅੰਦੋਲਨ ਮੈਂ ਪਹੁੰਚੋ, ਕਿਸਾਨਾਂ ਦਾ ਕੀ ਜੋ ਲੜਾਈ ਚੱਲ ਰਹੀ ਇਸ ਮੈਂ ਲੜੋ, ਸ਼ਾਮਿਲ ਹੋ। ਜੈ ਜਵਾਨ ਜੈ ਕਿਸਾਨ।